ਤੇ ਕੁਛ ਪਤਾ ਚੱਲਿਆ ਵੀ ਇਹਦੇ ਅੰਦਰ ਅੰਦਰ ਨਸ਼ੇ ਵੀ ਮਿਲਦੇ ਸਾਰੇ ਜ਼ਿਆਦਾ, ਬੀੜੀ, ਜਰਦਾ, ਚਿੱਟਾ ਤੱਕ ਸ਼ਾਇਦ ਅਵੇਲੇਬਲ ਅੰਦਰ ਹੁੰਦਾ ਹੋਵੇ। ਇੱਥੇ ਪਹਿਲਾਂ 3 ਮੁੰਡੇ ਭੱਜੇ ਸੀ, ਉਸ ਤੋਂ ਪਹਿਲਾਂ 2 ਮੁੰਡੇ ਭੱਜੇ ਸੀਗੇ, ਇਹ ਤੀਜਾ ਚੌਥਾ ਚਾਂਸ ਆਏਗਾ ਜੀ ਜਿਹੜੇ ਬੱਚੇ ਭੱਜ ਰਹੇ ਸੀ। ਸਰਕਾਰ ਵੱਲੋਂ ਨਸ਼ਾ ਛਡਾਉਣ, ਜਿਹੜੇ ਛੱਡਣ ਵਾਲੇ ਵਿਅਕਤੀ ਨੇ ਉਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ। ਫਰੀਦਕੋਟ ਦੀ ਗੱਲ ਕਰੀ ਤਾਂ ਫਰੀਦਕੋਟ ਦੇ ਮੇਰੇ ਪਿੱਛੇ ਬਿਲਡਿੰਗ ਦੇਖ ਰਹੇ ਹੋ, ਮਨਰੋਗ ਵਿਭਾਗ, ਇੱਥੇ ਨਸ਼ਾ ਛੁਡਾਓ ਕੇਂਦਰ ਬਣਾਇਆ ਗਿਆ, ਤਾਂ ਪੁਲਿਸ ਲਿਆ ਕੇ ਉਹਨਾਂ ਨੂੰ ਉੱਥੇ ਦਾਖਲ ਕਰਵਾਉਂਦੀ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ। ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਨੂੰ ਦਾਖਲ ਤਾਂ ਕਰਵਾਇਆ ਨਾ, ਲੇਕਿਨ ਸਭ ਤੋਂ ਵੱਡੀ ਗੱਲ ਆ ਅੱਜ 2 ਵਿਅਕਤੀ ਜਿਹੜੇ ਨੇ ਇੱਥੋਂ ਭੱਜ ਗਏ ਨੇ, ਸੁਬਾ ਫਰਾਰ ਹੋ ਗਏ ਨੇ। ਇਸ ਤੋਂ ਪਹਿਲਾਂ 3 ਵਿਅਕਤੀ ਪਹਿਲਾਂ ਭੱਜ ਗਏ, ਟੋਟਲ 6 ਬੰਦੇ ਨੇ ਜਿਹੜੇ ਨਸ਼ਾ ਛੁਡਾਓ ਕੇਂਦਰ 'ਚੋਂ ਭੱਜ ਗਏ ਨੇ। ਲੇਕਿਨ ਕਿਤੇ ਨਾ ਕਿਤੇ ਮਾਂ ਪਿਓ ਦਾ ਰੋਪ ਹੀ ਲੱਗ ਰਿਹਾ ਕਿ ਇੱਥੇ ਇਹਨਾਂ ਨੂੰ ਸਹੂਲਤਾਂ ਸਹੀ ਨਹੀਂ ਮਿਲਦੀਆਂ, ਦਵਾਈ ਸਹੀ ਨਹੀਂ ਮਿਲਦੀ, ਇਸ ਕਰਕੇ ਜਿਹੜੇ ਬੱਚੇ ਨੇ ਇੱਥੋਂ ਭੱਜ ਜਾਂਦੇ ਨੇ। ਤਾਂ ਲੇਕਿਨ ਉਹਨਾਂ ਭੱਜਣ ਦਾ ਕਾਰਨ ਦੱਸਦੀ ਕਿ ਇੱਥੋਂ ਦੇ ਬਾਥਰੂਮ ਰਾਹੀਂ ਜਾਂ ਟੂਟ ਜਿਹੜੀਆਂ ਬਾਥਰੂਮ ਬਣੇ ਨੇ ਉੱਥੋਂ ਦੀ ਪੈਪਰ ਰਾਹੀਂ ਚੜ੍ਹ ਕੇ ਭੱਜ ਜਾਂਦੇ ਨੇ, ਅਤੇ ਨੁਕਸਾਨ ਆ ਜਿਹੜਾ ਉਹ ਇੱਥੋਂ ਦੀ ਬਿਲਡਿੰਗ ਦਾ ਵੀ ਕਰ ਜਾਂਦੇ ਨੇ। ਲੇਕਿਨ ਸਿਕਿਉਰਟੀ, ਕਿਉਂਕਿ ਪੁਲ ਦੀ ਸਿਕਿਉਰਟੀ ਤਾਂ ਹੈਗੀ ਆ, ਲੇਕਿਨ ਸਿਕਿਉਰਟੀ ਕਿਤੇ ਨਾ ਕਿਤੇ ਲੈਪਸ ਹੋ ਰਹੀ ਹੈ, ਅਣਗਹਿਲੀ ਕਾਰਨ ਆ ਜਿਹੜੇ ਇੱਥੋਂ ਬੱਚੇ ਭੱਜ ਰਹੇ। ਲੇਕਿਨ ਅੱਜ ਮਾਂ ਪਿਓ ਉਹਨਾਂ ਦਾ ਪਰਿਵਾਰ ਇੱਥੇ ਪਹੁੰਚਿਆ ਸੀ, ਉਹਨਾਂ ਲਗਾਤਾਰ ਇਸ ਗੱਲ ਦੀ ਰੋਪ ਲਗਾਇਆ ਕਿ ਸਾਨੂੰ ਸ਼ੱਕ ਆ ਕਿ ਜਿਹੜੇ ਇੱਥੋਂ ਦੇ ਮੁਲਾਜ਼ਮ ਨੇ ਜਾਂ ਇਹਨਾਂ ਦੀ ਸਿਕਿਉਰਟੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀ ਹੋਈ ਹੈ, ਜਿਹੜੇ ਸਾਡੇ ਬੱਚੇ ਭੱਜ ਜਾਂਦੇ ਨੇ ਅਸੀਂ ਦਾਖਲ। ਸਰਕਾਰ ਦਾ ਕਿਤੇ ਉਹਨਾਂ ਨੇ ਕਿਹਾ ਵੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਕਿ ਦਾਖਲ ਕਰਾਓ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ, ਲੇਕਿਨ ਫਿਰ ਵੀ ਇੱਥੋਂ ਜਿਹੜੇ ਬੰਦੇ ਭੱਜਦੇ ਨੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਕਿਸ ਦੀ ਅਣਗਹਿਲੀ ਹੈ। ਅਤੇ ਇਸ ਕਰਕੇ ਵਿਭਾਗ ਦੇ ਡਾਕਟਰ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਪੂਰੀ ਦਵਾਈ ਦਿੱਤੀ ਜਾਂਦੀ ਹੈ, ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ। ਕੋਈ ਡਾਕਟਰ ਇੱਥੇ ਜਿਹੜੇ HOD ਨੇ ਉਹਨਾਂ ਨਾਲ ਗੱਲ ਵੀ, ਡਾਕਟਰ ਬਾਂਸਲ ਨੇ ਉਹਨਾਂ ਨੇ ਕਿਹਾ ਕਿ ਪੂਰੀ ਦਵਾਈ ਦਿੱਤੀ ਜਾਂਦੀ ਹੈ, ਪੂਰੀਆਂ ਸਹੂਲਤਾਂ ਨੇ, ਆਖਿਰਕਾਰ ਕੋਈ ਸਮੱਸਿਆ ਹੁੰਦਾ ਐਮਰਜੈਂਸੀ ਵਿੱਚ ਵੀ ਦਾਖਲ ਉਹਨਾਂ ਨੂੰ ਕਰਵਾਇਆ ਜਾਂਦਾ। ਤਾਂ ਲੇਕਿਨ ਦਾਦੀ ਜੀ 6 ਦੇ ਕਰੀਬ ਜਿਹੜੇ ਇੱਥੋਂ ਹੁਣ ਤੱਕ ਜਿਹੜੇ ਦਾਖਲ ਕਰਵਾਏ ਸੀ ਪੁਲਿਸ ਨੇ ਉਹ ਇੱਥੋਂ ਭੱਜ ਗਏ ਨੇ, ਅਤੇ ਲੇ ਪੁਲਿਸ ਉਹਨਾਂ ਦੀ ਲਗਾਤਾਰ ਭਾਲ ਕਰ ਰਹੀ ਹੈ। ਅਤੇ ਇਸ ਤੋਂ ਪਹਿਲਾਂ ਜਿਹੜੇ ਭੱਜੇ ਸੀ ਉਹ AC ਰਾਹੀਂ ਭੱਜੇ ਸੀ, ਲੇਕਿਨ ਹੁਣ ਜਿਹੜੇ ਨੇ ਉਹ ਬਾਥਰੂਮ ਰਾਹੀਂ ਦੱਸਿਆ ਜਾ ਰਿਹਾ ਕਿ ਉੱਥੋਂ ਦੀ ਭੱਜ ਗਏ, ਅਤੇ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਵੀ ਕਰ ਰਹੀ ਹੈ ਕਿ ਜਲਦੀ ਜਲਦੀ ਉਹਨਾਂ ਨੂੰ ਦਾਖਲ ਦੁਬਾਰਾ ਕਰਵਾਇਆ ਜਾਵੇ। ਮੇਰਾ ਲੜਕਾ ਇੱਥੇ ਪ੍ਰਿੰਸ ਕੁਮਾਰ ਇੱਥੇ ਦਾਖਲ ਸੀਗਾ ਜੀ, ਅਤੇ ਰਾਤੀ 2 ਬੱਚੇ ਇੱਥੋਂ ਦੋਨੇ ਰਾਤ ਨੂੰ ਨਿਕਲ ਕੇ ਭੱਜ ਗਏ ਇੱਥੋਂ ਜੀ। ਕੱਲ੍ਹ ਹੀ ਦਾਖਲ ਕਰਾਇਆ ਸੀ ਇਹਨਾਂ ਨੂੰ ਨਸ਼ਾ ਛੁਡਾਓ ਕੇਂਦਰ 'ਚ, ਅਤੇ ਸ਼ਾਮੀ ਐਂਟਰ ਹੋਏ ਆ ਇਹਨਾਂ ਕੋਲ 4 ਵਜੇ ਤੋਂ ਬਾਅਦ 'ਚ, ਅਤੇ ਸਪੈਸ਼ਲ ਕਹਿ ਗਏ ਆ ਵੀ ਇਹ ਪਹਿਲਾਂ ਵੀ ਅੱਗੇ ਭੱਜ ਚੁੱਕੇ ਸੀਗੇ, ਇਹਨਾਂ ਖਿਆਲ ਰੱਖਿਓ। ਇਹਨਾਂ ਨੇ ਜਾਂ ਤਾਂ ਦਵਾਈ ਨਹੀਂ ਪ੍ਰੋਪਰ ਦਿੱਤੀ ਇਹਨਾਂ ਨੂੰ, ਅਤੇ ਜਿਹੜਾ ਵੀ ਸੁੱਤੇ ਨਹੀਂ ਆਰਾਮ ਨਾਲ, ਅਤੇ ਕੁਛ ਪਤਾ ਚੱਲਿਆ ਵੀ ਇਹਦੇ ਅੰਦਰ ਅੰਦਰ ਨਸ਼ੇ ਵੀ ਮਿਲਦੇ ਸਾਰੇ ਜ਼ਿਆਦਾ, ਬੀੜੀ, ਜਰਦਾ, ਚਿੱਟਾ ਤੱਕ ਸ਼ਾਇਦ ਅਵੇਲੇਬਲ ਅੰਦਰ ਹੁੰਦਾ ਹੋਵੇ। ਸਾਨੂੰ ਬਾਹਰੋਂ ਬੰਦਿਆਂ ਦੱਸਿਆ ਤੁਸੀਂ ਸਾਨੂੰ, ਹੁਣ ਇਹ ਤਾਂ ਕੁਛ ਨਹੀਂ ਦੱਸ ਰਹੇ ਸਾਨੂੰ ਤਾਂ ਅੱਗੇ। ਬਸ ਇਹਨਾਂ ਨੇ ਸਵੇਰੇ ਮੈਨੂੰ 7:15 ਵਜੇ ਦੱਸਿਆ, ਕਹਿੰਦੇ ਵੀ ਅਸੀਂ 5 ਵਜੇ ਇਨਕੁਆਇਰੀ ਕੀਤੀ ਹੈ ਅਤੇ ਤੁਹਾਡਾ ਮੁੰਡਾ ਇੱਥੇ ਨਹੀਂ ਗਾ। ਬੇਟਾ ਕਦੋਂ ਤੋਂ ਨਸ਼ਾ ਕਰਦਾ, ਕੀ ਨਸ਼ਾ ਕਰਦਾ ਤੁਹਾਡਾ? ਨਸ਼ਾ ਤਾਂ ਕਰ ਰਿਹਾ ਜੀ ਪਿਛਲੇ 8 ਸਾਲ ਤੋਂ ਜੀ, 17 ਸਾਲ ਤੋਂ। ਉਹ ਚਿੱਟੇ ਦੀ ਡੋਜ਼ ਲੈਂਦਾ ਸੀਗਾ ਗਾ, ਅਤੇ ਘਰੋਂ ਕਦੇ ਪੈਸੇ ਕੱਢ ਕੇ ਲੈ ਗਿਆ, ਕਦੇ ਕੁਛ, ਅਸੀਂ ਤਾਂ ਬਹੁਤ ਪਰੇਸ਼ਾਨ ਹੋਏ ਸੀਗੇ। ਹੁਣ ਸਰਕਾਰ ਜਿਹੜੀ ਆਈ ਆ ਇਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਦਾਖਲ ਕਰਦੇ ਹਾਂ, ਇਲਾਜ ਕਰਦੇ ਹਾਂ ਉਹਨਾਂ ਦਾ। ਸਰਕਾਰ ਨੇ ਤਾਂ ਸਭ ਕੁਝ ਕੀਤਾ, ਪਰ ਇੱਥੇ ਅਣਗਹਿਲੀ ਕਰ ਰਹੇ ਇਹਨਾਂ ਦੇ ਬੱਚੇ ਭੱਜ ਵੀ ਜਾਂਦੇ ਇੱਥੋਂ, ਅਤੇ ਨਸ਼ਾ ਵੀ ਅੰਦਰ ਮਿਲ ਰਿਹਾ ਸਾਰਾ ਕੁਛ। ਇੱਥੇ ਪਹਿਲਾਂ 3 ਮੁੰਡੇ ਭੱਜੇ ਸੀ, ਉਸ ਤੋਂ ਪਹਿਲਾਂ 2 ਮੁੰਡੇ ਭੱਜੇ ਸੀਗੇ, ਇਹ ਤੀਜਾ ਚੌਥਾ ਚਾਂਸ ਆਏਗਾ ਜੀ ਜਿਹੜੇ ਬੱਚੇ ਭੱਜ ਰਹੇ ਸੀ। ਇਹ ਉਮੀਦ ਇਹਨਾਂ ਤੋਂ ਮੈਨੂੰ ਘੱਟ ਹੀ ਆ ਜੀ ਹੈਗੀ ਇਹਨਾਂ ਤੋਂ, ਕੋਈ ਜਿੰਨੀ ਅਣਗਹਿਲੀ ਕਰ ਰਿਹਾ ਇਹ ਵੀ। ਹੁਣ 2 ਪੁਲਿਸ ਵਾਲੇ ਮੁਲਾਜ਼ਮ ਉੱਥੇ ਡਿਊਟੀ 'ਤੇ ਲੱਗੇ ਆ, ਅਤੇ ਵੱਧ ਤੋਂ 5-6 ਬੱਚੇ ਹੋਣੇ, ਇਹਨਾਂ ਦੇ ਵਿੱਚੋਂ ਨਿਕਲ ਜਾਣਗੇ ਬੱਚੇ, ਦੱਸੋ 2 ਵਾਰ, ਅਤੇ ਸਾਰੇ ਬੈਠੇ ਕਰਦੇ ਕੀ ਆ, ਇੰਨੇ ਸਿਕਿਉਰਟੀ ਗਾਰਡ ਆ। ਸਰ ਮੈਂ ਨਾ ਆਪਦਾ ਬੇਟਾ ਕੱਲ੍ਹ 9 ਵਜੇ ਆਪਣੀ ਸਿਟੀ ਆਪ ਹੀ ਐਡਮਿਟ ਕਰਵਾਇਆ ਸੀ, 2:30 ਵਜੇ ਇੱਥੇ ਲੈ ਕੇ ਆਏ ਸੀ, ਅਤੇ 4 ਵਜੇ ਇਹਨਾਂ ਨੂੰ ਅੰਦਰ ਐਂਟਰੀ ਮਿਲੀ ਸੀ। ਇਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਗਈ ਸੀ ਵੀ ਮੇਰੇ ਪਹਿਲਾਂ ਵੀ ਬੱਚੇ ਤੋਂ ਭੱਜੇ ਨੇ, ਸਾਡੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਓ ਜੀ। ਅਤੇ ਇਹਨਾਂ ਦੀ ਅਣਗਹਿਲੀ ਕਰਕੇ ਰਾਤ ਨੂੰ ਸਾਡੇ ਬੱਚੇ 5 ਵਜੇ ਸਾਨੂੰ ਫੋਨ ਆਇਆ ਵੀ ਤੁਹਾਡੇ ਬੱਚੇ ਭੱਜ ਗਏ ਨੇ। ਹੁਣ ਕੀ ਕਹਿੰਦੇ? ਹੁਣ ਅਸੀਂ ਸਾਨੂੰ ਇਹ ਕਹਿੰਦੇ ਕੋਈ ਗੱਲ ਨਹੀਂ, ਜੇ ਭੱਜ ਗਏ ਤਾਂ ਭੱਜ ਗਏ, ਕੋਈ ਗੱਲ ਨਹੀਂ, ਜਾਣ ਦਿਓ ਇਹਨਾਂ ਨੂੰ। ਸਰ ਇਹ ਕਿਤੇ ਨਾ ਕਿਤੇ ਇਹਨਾਂ ਦੀ ਇਹ ਅਣਗਹਿਲੀ, ਨਾ ਤਾਂ ਇਹਨਾਂ ਨੇ ਮੈਡੀਸਨ ਮੈਨੂੰ ਲੱਗਦਾ ਦਿੱਤੀ ਹੈ, ਜੋ ਪ੍ਰਸ਼ਾਸਨ ਕਰ ਰਿਹਾ ਸਾਨੂੰ ਇੰਨੀਆਂ ਸਰਕਾਰ ਨੇ ਹਦਾਇਤਾਂ ਦਿੱਤੀਆਂ, ਇੰਨਾ ਕੁਛ ਸਾਡੇ ਸਰਕਾਰ ਕਰ ਰਹੀ ਹੈ,
ਸੈਂਟਰ ਖੋਲ੍ਹੇ ਨੇ, ਫਰੀ ਸੈਂਟਰ ਖੋਲ੍ਹੇ ਨੇ, ਕਿਸ ਵਾਸਤੇ ਖੋਲ੍ਹੇ ਨੇ, ਬੱਚਿਆਂ ਨੂੰ ਬਚਾਉਣ ਖਾਤਰ ਖੋਲ੍ਹੇ ਨੇ, ਅਤੇ ਜੇ ਸਾਡਾ ਸਟਾਫ ਸਾਡਾ ਪ੍ਰਸ਼ਾਸਨ ਇਹ ਕੰਮ ਹੀ ਨਹੀਂ ਕਰ ਰਿਹਾ ਫਿਰ ਸੈਂਟਰ ਖੋਲ੍ਹਣ ਦਾ ਕੋਈ ਫਾਇਦਾ ਹੀ ਨਹੀਂ। ਨਹੀਂ ਮਾਮਲਾ ਕੁਛ ਨਹੀਂ, ਦੋ ਮਰੀਜ਼ ਸੀ ਥੋੜ੍ਹੇ ਜਿਹੇ ਮੋਟੀਵੇਟਡ ਘੱਟ ਸੀ ਅਤੇ ਦੀਵਾਰ ਟੱਪ ਕੇ ਭੱਜ ਗਏ। ਪਹਿਲਾਂ ਤਾਂ ਨਹੀਂ ਕੋਈ, ਪਹਿਲਾਂ ਤਾਂ ਕਦੇ ਕਦਾਈ ਕੋਈ ਹੋ ਜਾਂਦਾ। ਹੁਣ ਦੇਖੋ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ, ਜਿਹੜੀ ਮਰੀਜ਼ਾਂ ਨੂੰ ਲੈ ਕੇ ਆ ਰਹੀ ਹੈ, ਅਤੇ ਸਾਡੇ ਕੋਲ 15-20 ਮਰੀਜ਼ ਹੈ ਅਤੇ ਠੀਕ ਹੋ ਚੱਲ ਰਿਹਾ। ਇੱਦੂ ਬਾਅਦ ਅਸੀਂ ਰੀਹੈਬਿਲੀਟੇਸ਼ਨ ਸੈਂਟਰ 'ਚ ਭੇਜ ਦਿੰਦੇ ਹਾਂ। ਸਿਕਿਉਰਿਟੀ ਪੂਰੀ ਟਾਈਟ ਹੈ, ਦੋ ਪੁਲਿਸ ਵਾਲੇ ਹਰ ਵੇਲੇ ਰਹਿੰਦੇ ਆ। ਇਹ ਦੀਵਾਰ ਟੱਪ ਕੇ ਭੱਜ ਗਏ ਜੀ, ਬਾਥਰੂਮ ਵਗੈਰਾ ਜਾਂਦੇ ਆ ਉੱਥੋਂ, ਬਸ ਪੁਲਿਸ ਵਾਲੇ ਉਸ 'ਚ ਹੈ ਜੀ, ਪੁਲਿਸ ਵਾਲਿਆਂ ਨੂੰ ਜ਼ਿਆਦਾ ਪਤਾ ਹੋਏਗਾ ਇਸ ਬਾਰੇ। ਨਹੀਂ ਨਹੀਂ ਇਸ ਤਰ੍ਹਾਂ ਤਾਂ ਕੋਈ ਖਾਸ ਉਹ ਨਹੀਂ, ਜੇ ਕੋਈ ਜ਼ਿਆਦਾ ਮਾਤਰਾ 'ਚ ਕਰਦਾ ਹੋਵੇ ਤਾਂ ਉਹ ਤਾਂ ਫਿਰ ਐਮਰਜੈਂਸੀ ਹੈ, ਸਾਡੇ ਕੋਲ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਉਹਦਾ।